ਸਾਡੇ ਇਸ ਸਪੈਸ਼ਲ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ। ਗੈਜਟ ਗੁਰੂ ਆਕਾਸ਼ ਸਭ ਲੋਕ ਮੇਰੇ ਨਾਲ ਸ਼ਾਮਿਲ ਹਨ, ਜੋ ਕਿ ਮਹੀਨੇ ਵਿੱਚ ਇੱਕ ਵਾਰ ਨਵੇਂ ਨਵੇਂ ਇਲੈਕਟ੍ਰੋਨਿਕ ਗੈਜਟਸ ਅਤੇ ਨਵੀਂ ਟੈਕਨੋਲੋਜੀ ਨਾਲ ਸਾਡੀ ਸਾਂਝ ਪਾਉਂਦੇ ਹਨ। ਆਕਾਸ਼, ਕੀ ਹਾਲ ਚਾਲ? ਬਸ ਠੀਕ ਹੈ, ਤੁਹਾਡਾ ਕੀ ਹਾਲ ਹੈ? ਬਹੁਤ ਵਧੀਆ ਜੀ। ਆਕਾਸ਼, ਸਭ ਤੋਂ ਪਹਿਲਾਂ ਦੱਸੋ ਕਿ ਤੁਸੀਂ ਬੜੇ ਬਿਜ਼ੀ ਨੋਟਰੀ ਹੋ ਜੀ, ਇਹਨਾਂ ਕੰਮਾਂ ਲਈ ਸਮਾਂ ਕਿੱਥੋਂ ਕੱਢਦੇ ਹੋ ਜੀ? ਪਹਿਲਾਂ ਤੁਸੀਂ ਦੇਖੋ, ਇਹ ਮੇਰੀ ਹੌਬੀ ਹੈਗੀ, ਮੇਰੀ ਪੈਸ਼ਨ ਹੈਗੀ, ਸੋ ਟਾਈਮ ਤਾਂ ਮਿਲ ਜਾਂਦਾ ਹੈ। ਹਾਂਜੀ ਠੀਕ ਹੈ ਜੀ, ਸ਼ੁਰੂ ਕਰ ਦਈਏ ਜੀ ਆਪਾਂ। ਇਹ ਸੈਮਸੰਗ ਦਾ ਨਵਾਂ ਕੈਮਰਾ ਆਇਆ, ਡਿਜੀਟਲ SLR ਹੈਗਾ, ਐਂਡ ਮਾਡਲ ਹੈਗਾ NX10 ਤਕਰੀਬਨ 800 ਦਾ ਹੈਗਾ। ਲੈਂਸ ਆਉਂਦੇ ਬਟ ਰੈਗੂਲਰ ਜਿਹੜੇ 50mm ਲੈਂਸ ਹੈਗਾ, ਇਹਦੇ ਤੋਂ ਉੱਪਰ ਮੈਂ 50-200mm ਲੈਂਸ ਪਾਇਆ। ਪਰ ਇਹਦੇ ਵਿੱਚ ਖਾਸ ਕੀ ਹੈਗਾ ਕਿ ਜਿਹੜਾ ਉਹਦਾ ਸੈਂਸਰ ਹੈਗਾ ਜਿੱਥੇ ਪਿਕਚਰ ਬਣਦੀ ਹੈ, ਉਹਦੇ ਵਿੱਚ ਉਹ ਆਟੋਮੈਟਿਕ ਕਲੀਨਰ ਹੈਗਾ। ਅੱਛਾ ਜੀ, ਸੋ ਲੈਂਸ ਦੇ ਬਾਹਰ ਇਨਸਾਈਡ ਜਿਹੜਾ ਹੈਗਾ ਉਹਦੇ ਡਸਟ ਨਹੀਂ ਪਏਗੀ। ਠੀਕ ਹੈ, ਨਹੀਂ ਤਾਂ ਹੱਥਾਂ ਨਾਲ ਸਾਫ਼ ਕਰਨਾ ਪੈਂਦਾ ਸੀ। ਹਾਂਜੀ, ਜਾਂ ਉਹਨੂੰ ਬਲੋਰ ਦੇ ਨਾਲ ਕਰਨਾ ਪੈਂਦਾ। ਠੀਕ ਹੈ ਜੀ। ਹਾਂਜੀ, ਇਹਦੇ ਨਾਲ ਇੱਕ ਹੋਰ ਵੀ ਛੋਟੀ ਜਿਹੀ ਆਈਟਮ, ਨਿੱਕੀ ਜਿਹੀ ਫੀਸ ਹੈਗਾ, ਦਿਸ ਆਪਟੈਕਸ ਦਾ ਸਟੈਡੀ ਪੋਡ ਹੈਗਾ। ਸੋ ਤੁਸੀਂ ਇੱਥੇ ਕੈਮਰਾ ਦੇ ਥੱਲੇ ਲਾ ਦਿੰਦੇ ਹੋ, ਇਹਨੂੰ ਬਾਹਰ ਖਿੱਚਦੇ ਹੋ, ਐਂਡ ਕੀ ਹੁੰਦਾ ਜਦੋਂ ਤੁਸੀਂ ਬਾਹਰ ਸ਼ੂਟਿੰਗ ਕਰਦੇ ਹੋ, ਇਹ ਪੈਰ ਦੇ ਨਾਲ ਥੱਲੇ ਰੱਖਦੇ ਹੋ ਤੁਸੀਂ, ਉਹ ਟ੍ਰਾਈਪੋਡ ਬਣ ਜਾਂਦਾ। ਅੱਛਾ ਜੀ, ਜਾਂ ਆਟੋਮੈਟਿਕ ਟ੍ਰਾਈਪੋਡ ਹੈਗਾ, ਮਤਲਬ ਪੋਰਟੇਬਲ ਟ੍ਰਾਈਪੋਡ, ਜਦੋਂ ਨਹੀਂ ਚਾਹੀਦਾ ਤੁਸੀਂ ਬਸ ਇਹਨੂੰ ਅੰਦਰ ਰੱਖ ਲਓ। ਬਹੁਤ ਵਧੀਆ ਜੀ, ਠੀਕ ਹੈ ਜੀ। ਹਾਂਜੀ, ਹੈਡਫੋਨ ਰੱਖਿਆ ਜੀ? ਹਾਂਜੀ, ਇਹ ਸੈਨਹਾਈਜ਼ਰ ਦਾ PCX PXE 310 ਹੈਡਫੋਨਸ ਹੈਗੇ। ਸੋ ਤੁਸੀਂ ਵਾਇਰਲੈਸ ਯੂਜ਼ ਕਰ ਸਕਦੇ ਹੋ ਬਲੂਟੂਥ ਦੇ ਨਾਲ, ਸੋ ਆਪਣੇ ਫੋਨ ਦੇ ਨਾਲ ਯੂਜ਼ ਕਰ ਸਕਦੇ ਹੋ, ਤੁਸੀਂ ਆਪਣੇ ਮਿਊਜ਼ਿਕ ਸਿਸਟਮ ਨਾਲ ਯੂਜ਼ ਕਰ ਸਕਦੇ ਹੋ, ਐਂਡ ਇਹਦੇ ਵਿੱਚ ਇੱਕ ਹੋਰ ਬਟਨ ਹੈਗਾ ਜਿਹੜਾ ਨੋਇਜ਼ ਕੈਂਸਲਿੰਗ ਹੈਗਾ। ਸੋ ਜੇ ਤੁਸੀਂ ਏਅਰਪਲੇਨ ਵਿੱਚ ਹੈਗੇ ਹੋ, ਤੁਸੀਂ ਬਟਨ ਦਬਾ ਲਓ, ਜਿਹੜੇ ਪਲੇਨ ਦੇ ਨੋਇਜ਼ ਹੈਗੇ ਉਹ ਆਟੋਮੈਟਿਕ ਕੈਂਸਲ ਹੋ ਜਾਂਦੇ ਆ, ਸਿਰਫ ਤੁਸੀਂ ਆਪਣਾ ਜਿਹੜੇ ਮਿਊਜ਼ਿਕ ਮੂਵੀ ਦੇਖ ਰਹੇ ਹੋ ਉਹ ਆਵਾਜ਼ ਆਏਗੀ। ਠੀਕ ਹੈ ਜੀ, ਸਕਾਈ ਟ੍ਰੇਨ 'ਚ ਵੀ ਵੜ ਸਕਦੇ? ਸਕਾਈ ਟ੍ਰੇਨ ਵੀ ਯੂਜ਼ ਕਰਦੇ ਹੋ? ਹਾਂਜੀ, ਮਹਿੰਗੇ ਤਾਂ ਨਹੀਂ ਜ਼ਿਆਦਾ ਜੀ? ਤਕਰੀਬਨ 350 ਦੀ ਹੈਗੀ। ਠੀਕ ਹੈ, ਹਾਂਜੀ, ਇੱਥੇ ਆਉਂਦੇ ਜੀ ਅੱਗੇ। ਹੇਜ਼ ਦਾ ਐਕਸ ਸਕੇਲ ਹੈਗਾ, ਮੈਂ ਔਨ ਕਰਨਾ। ਸੋ ਕੀ ਹੈਗਾ, ਜਦੋਂ ਤੁਸੀਂ ਟਰੈਵਲ ਕਰਦੇ ਹੋ ਐਂਡ ਤੁਸੀਂ ਬਾਹਰ ਆਉਂਦੇ ਹੋ, ਤੁਸੀਂ ਤੁਹਾਨੂੰ ਪਤਾ ਨਹੀਂ ਹੋ ਕਿ ਜਿਹੜਾ ਤੁਹਾਡਾ ਸੂਟਕੇਸ ਹੈਗਾ ਉਹਦਾ ਵੇਟ ਕੀ ਹੈਗੀ ਹੈ, ਤੁਸੀਂ ਐਸਟੀਮੇਟ ਕਰਦੇ। ਸੋ ਇਹਦੇ 'ਤੇ ਕੀ ਹੈ ਕਿ ਬਟਨ ਦਬਾ ਕੇ ਐਂਡ ਸਕੇਲ ਉੱਪਰ ਖਿੱਚ ਲਓ ਉੱਪਰ। ਠੀਕ ਹੈ, ਐਂਡ ਇੱਥੇ ਆਵਾਜ਼ ਆ ਜਾਂਦੀ ਹੈ ਤੁਸੀਂ ਕਿਲੋਜ਼ ਵਿੱਚ ਜਾਂ ਪਾਊਂਡਸ ਵਿੱਚ, ਤੁਹਾਨੂੰ ਦੱਸਦਾ ਕਿ ਤੁਹਾਡੇ ਬੈਗ ਦਾ ਵੇਟ ਕੀ ਹੈਗਾ। ਵੇਟ ਕਿੰਨਾ ਜੀ? ਹਾਂਜੀ, ਬਹੁਤ ਜ਼ਰੂਰੀ ਹੈ ਜੀ ਆਪਣੇ ਬੰਦੇ ਜੀ। ਹਾਂਜੀ, ਅੱਜ ਕੱਲ੍ਹ ਸਮਰ ਆ ਰਿਹਾ, ਟਰੈਵਲ ਵੀ ਹੋਏਗਾ ਕਾਫੀ, ਰਾਈਟ? ਆ ਛੋਟਾ ਜਿਹਾ ਕੀ ਹੈ ਜੀ, ਇਹ ਬੇਅਰਡ ਦਾ ਡਾਇਬੀਟੀਜ਼ ਮੀਟਰ ਹੈਗਾ। ਸੋ ਕੀ ਹੈਗਾ, ਤੁਸੀਂ ਜਦੋਂ ਟੈਸਟਿੰਗ ਕਰਦੇ ਹੋ, ਮੈਂ ਤਾਂ ਸਾਈਟ ਇਹਨੂੰ ਔਨ ਕਰਨਾ, ਇੱਥੇ ਸਾਈਟ ਤੇ ਇੱਥੇ ਤੁਸੀਂ ਸੈਂਸਰ ਪਾਉਂਦੇ ਹੋ ਜਿਹੜਾ ਰੀਡਿੰਗ ਕਰਦੇ ਹੋ, ਜਿਹੜਾ ਸੈਂਪਲ ਹੁੰਦਾ ਬਲੱਡ ਦਾ ਸੈਂਪਲ। ਠੀਕ ਹੈ ਜੀ, ਐਂਡ ਜਦੋਂ ਤੁਸੀਂ ਸਾਰਾ ਕੁਝ ਟੈਸਟ ਵਗੈਰਾ ਕਰ ਲਓਗੇ, ਇਹ ਮੈਂ ਕੈਪ ਨਾ ਕਰਨਾ, ਆਪਣੇ ਕੰਪਿਊਟਰ ਦੇ ਨਾਲ ਅਟੈਚ ਕਰ ਸਕਦੇ ਹੋ ਤੁਸੀਂ। ਅੱਛਾ ਜੀ, ਰੀਡਿੰਗ ਕੰਪਿਊਟਰ ਤੇ ਸਿੱਧੀ ਲਿਆਓ? ਹਾਂਜੀ, ਫਿਰ ਉਹ ਪੂਰਾ ਚਾਰਟ ਬਣਾਉਂਦੀ ਹੈ, ਐਂਡ ਉਹ ਇਹਨਾਂ ਸੋਹਣਾ ਚਾਰਟ ਬਣਾ, ਤੁਸੀਂ ਚਾਰਟ ਨੂੰ ਆਪਣੇ ਡਾਕਟਰ ਨੂੰ ਈਮੇਲ ਕਰ ਸਕਦੇ ਹੋ। ਅੱਛਾ ਜੀ, ਕਿ ਮੇਰੀ ਸ਼ੂਗਰ ਵਧਦੀ ਹੈ ਘੱਟ? ਹਾਂਜੀ, ਐਂਡ ਇੱਕ ਮਹੀਨੇ ਦੇ ਦੋ ਮਹੀਨੇ ਜਿੰਨੇ ਟਾਈਮ ਤੁਸੀਂ ਕਰਾਉਂਦੇ ਉਹਦੇ ਵਿੱਚ ਚਾਰਟ ਵਿੱਚ ਆ ਸਕਦਾ, ਤੁਸੀਂ ਡਾਕਟਰ ਨੂੰ ਈਮੇਲ ਕਰ ਸਕਦੇ ਹੋ, ਤਾਂ ਉਹਨਾਂ ਪਤਾ ਲੱਗ ਜਾਏ ਕਿ ਤੁਹਾਡੀ ਡਾਇਬੀਟੀਜ਼ ਦੇ ਕਿਸਾਂ ਚੱਲ ਰਹੀ ਹੈ। ਸਾਡੀ ਕਮਿਊਨਿਟੀ 'ਚ ਬਹੁਤ ਮਰੀਜ਼ ਨੇ ਡਾਇਬੀਟੀਜ਼ ਦੇ, ਕਿੰਨੇ ਕਦਾ ਜੀ ਇਹ ਜਿਹੜੇ ਯੂਨਿਟ ਤਕਰੀਬਨ $100 ਦਾ ਹੈਗਾ, ਐਂਡ ਫਿਰ ਜਿਹੜੇ ਟੈਸਟ ਸਟ੍ਰਿਪਸ ਉਹ ਐਕਸਟਰਾ ਹੈਗੇ। ਠੀਕ ਹੈ, ਹਾਂਜੀ, ਇਹ ਬਲੂ ਕਲਰ ਦਾ ਕੀ ਰੱਖਿਆ ਜੀ? ਇਸ ਸੀਗੇਟ ਦਾ ਫ੍ਰੀ ਏਜੰਟ ਡਰਾਈਵ ਹੈਗਾ, USB ਡਰਾਈਵ ਹੈਗਾ। ਹੁਣ ਇਹਦੇ ਵਿੱਚ ਕੀ ਹੈਗਾ ਕਿ ਆਟੋਮੈਟਿਕ ਬੈਕਅਪ ਹੈਗਾ, ਜੋ ਕੰਪਿਊਟਰ ਨੂੰ ਅਟੈਚ ਕਰਦੇ ਹੋ, ਜੋ ਵੀ ਤੁਹਾਡੇ ਫਾਈਲਸ ਹੈਗੇ, ਮੂਵੀਜ਼, ਪਿਕਚਰਸ, ਡਾਟਾ ਵਗੈਰਾ, ਉਹ ਆਟੋਮੈਟਿਕ ਪਿੱਛੇ ਬੈਕਅਪ ਹੋ ਜਾਂਦੇ ਆ। ਠੀਕ ਹੈ ਜੀ। ਸੈਕੰਡ ਆਫ ਆਲ, ਇਹਦੇ ਵਿੱਚ ਮੂਵੀ ਸੋਫਟਵੇਅਰ ਹੈਗਾ, Reveal 8 ਉਹਨੂੰ ਕਹਿੰਦੇ ਆ। ਆਪਣੇ ਜਿਹੜੇ ਮੂਵੀਜ਼ ਹੈਗੇ ਐਂਡ ਫੋਟੋਜ਼ ਹੈਗੇ, ਐਡੀਟਿੰਗ ਸੋਫਟਵੇਅਰ ਇਹਦੇ ਬਿਲਟ ਇਨ ਹੈਗਾ। ਅੱਛਾ ਜੀ, ਸੋ ਸੇਫ ਤੁਸੀਂ ਹੋਲੀਡੇ ਹੈਗੇ ਹੋ, ਤੁਸੀਂ ਟਰੈਵਲ ਕਰ ਰਹੇ ਹੋ, ਆਪਣੇ ਫੋਟੋ ਤੁਸੀਂ ਇਹਨੇ ਖਿੱਚਦੇ ਹੋ ਜਾਂ ਵੀਡੀਓ ਖਿੱਚਦੇ ਹੋ, ਆਟੋਮੈਟਿਕ ਇਹਦੇ ਵਿੱਚ ਆ ਜਾਂਦਾ, ਐਂਡ ਇਹਦੇ ਤੇ ਉੱਪਰ ਤੁਸੀਂ ਐਡਿਟ ਕਰ ਸਕਦੇ ਹੋ। ਠੀਕ ਹੈ ਜੀ, ਹਾਂਜੀ, ਇਹਦਾ ਮਤਲਬ ਬੜੀ ਪੋਰਟੇਬਲ ਜੀ ਕੰਪਿਊਟਰ ਹੈ ਜੀ, ਛੋਟਾ ਜਿਹਾ ਬੇਸਿਕ ਹੀ ਆ। ਹਾਂਜੀ, ਇਹ ਕੀ ਹੈ ਜੀ ਆਪਣਾ? Logitech ਦਾ Harmony 1 ਰਿਮੋਟ ਹੈਗਾ। ਸੋ ਇਹਦੇ ਵਿੱਚ ਬੇਸ ਤੇ ਸਕਰੀਨ ਵੀ ਲੱਗੀ ਹੈ ਜੀ, ਸਕਰੀਨ ਬਹੁਤ ਸੋਹਣੀ ਹੈ, ਟੱਚ ਸਕਰੀਨ ਹੈਗੀ ਇਹਦੇ ਤੇ, ਐਂਡ ਚਾਰਜਰ ਬੇਸ ਹੈਗਾ, ਐਂਡ ਇੱਕ ਤੇ ਤੁਸੀਂ ਰਿਮੋਟ ਨੂੰ ਗੁੰਮਦਾ ਨਹੀਂ ਫਿਰ ਪਤਾ ਹੁੰਦਾ ਕਿ ਕਿੱਥੇ ਹੈਗਾ। ਪਰ ਇਹਦੇ ਵਿੱਚ ਖਾਸ ਕੀ ਹੈਗਾ ਕਿ ਜਿਹੜੇ ਤੁਹਾਡੇ ਪੁਰਾਣੇ ਕੰਪੋਨੈਂਟ ਹੈਗੇ, ਤੁਹਾਡੇ ਕੋਲ ਪੁਰਾਣਾ DVD ਹੈਗਾ ਜਾਂ ਪੁਰਾਣੇ TV ਹੈਗੀ ਹੈ, ਤੁਸੀਂ ਕੰਪਿਊਟਰ ਤੇ ਜਾ ਕੇ ਉਹ ਜਿਹੜਾ ਮਾਡਲ ਹੈਗਾ ਉਹਦੇ ਕੰਪਿਊਟਰ ਦੇ ਉੱਪਰ ਟਾਈਪ ਕਰਕੇ ਇਹਦੇ ਨਾਲ ਕਨੈਕਸ਼ਨ ਕਰਕੇ ਉਹ ਸਿੱਧੀ ਇਹਦੇ ਤੇ ਉੱਪਰ ਆ ਜਾਂਦਾ।
ਠੀਕ ਹੈ ਸੋ ਜੇ ਤੁਸੀਂ ਪੁਰਾਣੇ ਰਿਮੋਟ ਸੀ ਗੁੰਮ ਗਿਆ ਸੋ ਇਹਦੇ ਵਿੱਚ ਤੁਸੀਂ ਸਾਰੇ ਕੰਟਰੋਲ ਇਹਦੇ ਵਿੱਚ ਪਾ ਸਕਦੇ ਹੋ ਪੁਰਾਣੀ ਟੀਵੀ ਦੇ ਨਵੇਂ ਤੇ ਵੀ ਸਾਰੇ ਕੁਛ ਹੈਗਾ ਤਕਰੀਬਨ 15,000 ਡਿਵਾਈਸਿਸ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਕਿੰਨੇ ਦਾ ਜੀ ਇਹ ਤਕਰੀਬਨ 400 ਦਾ ਹੈਗਾ ਠੀਕ ਹੈ ਜੀ ਆਪਣੀ ਇਹ ਆਈਟਮ ਦੱਸੋ ਜੀ ਫੋਨ ਹੈਗਾ ਲਾਇਆ ਜੀ ਫੋਨ ਇਸ ਪਤਾ ਨਹੀਂ ਹੈਗਾ ਫੋਨ ਹੈਗਾ ਟ੍ਰੈਡੀਸ਼ਨਲ ਫੋਨ ਹੈ ਟ੍ਰੈਡੀਸ਼ਨਲ ਫੋਨ ਹੈਗਾ ਬੜਾ ਜਿਹਾ ਫੋਨ ਨਾਲ YUBZ ਦਾ ਰੈਟਰੋ ਫੋਨ ਹੈਗਾ ਬਲੈਕ ਵਿੱਚ ਆਉਂਦਾ ਪਿੰਕ ਬਲੂ ਵਾਈਟ ਕਾਫੀ ਕਲਰਸ ਆਉਂਦੇ ਆ ਹੁਣ ਮੈਂ ਆਪਣੇ ਸੈੱਲ ਫੋਨ ਦੇ ਨਾਲ ਅਟੈਚ ਕੀਤੇ ਹੋਏ ਆ ਸੋ ਕੀ ਕਰਦੇ ਤੁਸੀਂ ਹੈੱਡਫੋਨ ਦੇ ਜੈਕ ਵਿੱਚ ਪਾ ਕੇ ਤੁਸੀਂ ਰੈਗੂਲਰ ਫੋਨ ਤਰ੍ਹਾਂ ਯੂਜ਼ ਕਰ ਸਕਦੇ ਹੋ ਅੱਛਾ ਜੀ ਯਾ ਐਂਡ ਇੱਥੇ ਵੋਲਿਊਮ ਕੰਟਰੋਲ ਹੈਗਾ ਔਨ ਆਫ ਸਾਰੇ ਕੁਝ ਹੈਗਾ ਜੇ ਤੁਸੀਂ ਸੋਚਦੇ ਹੋ ਕਿ ਮੈਂ ਪੁਰਾਣੇ ਸਮੇਂ ਚੱਲ ਜਾਂਦੇ ਟ੍ਰੈਡੀਸ਼ਨਲ ਫੋਨ ਵਾਂਗੂ ਐਗਜ਼ੈਕਟਲੀ ਐਂਡ ਕੀ ਹੈ ਕਿ ਮੋਸਟਲੀ ਕਿ ਤੁਸੀਂ ਆਪਣਾ ਫੋਨ ਇਹਦੇ ਕੰਨ ਦੇ ਨਾਲ ਨਹੀਂ ਰੱਖਣਾ ਪੈਂਦਾ ਠੀਕ ਹੈ ਜੀ ਹਾਂਜੀ ਆਕਾਸ਼ ਤੁਸੀਂ ਫਾਦਰ ਡੇ ਆ ਰਿਹਾ ਜੀ ਆਪਣਾ ਹਾਂਜੀ ਸੰਡੇ ਨੂੰ ਮੈਂ ਵੇਖਿਆ ਜੀ ਸੰਡੇ ਹੈਗਾ ਤੇ ਅਸੀਂ ਗੱਲ ਕਰ ਰਹੇ ਸੀ ਪਹਿਲਾਂ ਕਿ ਫਾਦਰਸ ਡੇ ਦੇ ਉੱਤੇ ਕੋਈ ਖਾਸ ਗਿਫਟ ਦੀ ਤੁਸੀਂ ਗੱਲ ਕਰ ਰਹੇ ਸੀ ਕੋਰਸ ਖਾਸ ਗਿਫਟ ਹੋਣੀ ਅਲਟੀਮੇਟ ਗਿਫਟ ਇਹ ਹੋਣੇ ਚਾਹੀਦੇ ਆ ਇਹ ਦੇਖ ਲਓ ਤੁਸੀਂ ਅਸੀਂ ਮੈਂ ਅਲਟੀਮੇਟ ਗਿਫਟ ਲੈ ਕੇ ਆਇਆ ਤੁਹਾਡੇ ਵਾਸਤੇ ਦੇਖੋ ਜੀ ਆਕਾਸ਼ ਤੁਸੀਂ ਫਾਦਰਸ ਡੇ ਤੇ ਅਲਟੀਮੇਟ ਗਿਫਟ ਦੀ ਗੱਲ ਕਰਦੇ ਪਏ ਸੀ ਜੀ ਕੀ ਹੈ ਜੀ ਅਲਟੀਮੇਟ ਗਿਫਟ ਇਹ ਬਾਕੀ ਟੈਕਨੋਲੋਜੀ ਬਹੁਤ ਸੋਹਣੀ ਹੈਗੇ ਬਟ ਦਿਸ ਇਜ਼ ਦੀ ਅਲਟੀਮੇਟ ਇਹ ਹੈਗਾ ਲੈਂਬਰਗਿਨੀ ਦੀ LP640 ਮਤਲਬ 640 640 ਇਹਦਾ ਹਾਰਸ ਪਾਵਰ ਵੀ ਹੈਗਾ ਅੱਛਾ ਜੀ ਪਹਿਲੇ ਉਹਨੂੰ ਮਰਸੀਓ ਲਾਗੋ ਕਹਿੰਦੇ ਸੀ ਹੁਣ LP640 ਹੈਗਾ ਇਹ ਤੇ ਕਹਿੰਦੇ ਸਪੀਡ ਬੜੀ ਫੜ ਲੈ ਸਕਦੀ ਬਹੁਤ ਸਪੀਡ ਹੈਗੀ ਹੈ ਤੁਸੀਂ ਦੇਖੋ ਆਲਮੋਸਟ 650 ਦੇ ਹਾਰਸ ਪਾਵਰ ਦੇ ਨਾਲ 0 to 100 3.4 ਸੈਕਿੰਡ ਵਿੱਚ ਚੱਲਦੀ ਹੈ ਕੀ ਬਾਤ ਹੈ ਜੀ ਔਰ ਇਹ ਪਤਾ ਲੱਗਾ ਜੀ ਇਟਲੀ ਚ ਬਣਦੀ ਹੈ ਔਰ ਹੈਂਡਮੇਡ ਹੁੰਦੀ ਹੈ ਬੜੀ ਥੋੜੀ ਜੀ ਬਣਦੀ ਹੈ ਜੀ ਸਾਰੇ ਹੈਂਡਮੇਡ ਹੈਗੇ ਸੰਤਾ ਗਾਟ ਵਿੱਚ ਬਣਦੇ ਆ ਤਕਰੀਬਨ 400 ਬਣਦੇ 200 ਹਾਰਡ ਟਾਪ 200 ਕਨਵਰਟੇਬਲ ਇਹ ਜਿਹੜੀ ਇੱਥੇ ਹੈਗੀ ਹੈ ਇਹ ਲਿਮਿਟਡ ਐਡੀਸ਼ਨ ਵਰਸਾਚੀ ਦੀ ਹੈਗੀ ਹੈ ਸਿਰਫ ਦੁਨੀਆ ਦੇ ਵਿੱਚ ਸਿਰਫ 20 ਹੈਗੇ ਟੋਟਲ ਐਂਡ ਐਕਚੁਅਲੀ ਇਹ ਨੰਬਰ 20 ਹੈਗੀ ਹੈ ਠੀਕ ਹੈ ਜੀ ਮੈਂ ਕਿ ਅੰਦਰੋਂ ਨਾ ਥੋੜਾ ਦੇਖਿਆ ਜਾਏ ਆਫ ਕੋਰਸ ਦੇਖਣਾ ਤੁਸੀਂ ਡੋਰ ਕਿਸ ਤਰ੍ਹਾਂ ਖੋਲਦੇ ਆ ਆਲਰਾਈਟ ਜੀ ਡੋਰ ਬੜੇ ਕਲਾਸਿਕ ਨੇ ਜੀ ਇਹਦੇ ਓ ਯਾਰ ਇਹਦਾਂ ਤੇ ਮੈਂ ਮੂਵੀ 'ਚ ਦੇਖਦਾ ਜੀ ਸਾਡੇ ਆਕਾਸ਼ ਇਹਦੇ ਦੇਖ ਰਹੇ ਹਾਂ ਅਸੀਂ ਅੰਦਰ ਇਹ ਮੈਨੂਅਲ ਆ ਕਿ ਆਟੋਮੈਟਿਕ ਹੈ ਜੀ ਕਾਰ ਕਿੱਦਾਂ ਦੀ ਹੈ ਚੱਲਦੀ ਕਿ ਨਹੀਂ ਦੋਨੋਂ ਚੀਜ਼ਾਂ ਹੈਗੇ ਸੋ ਤੁਸੀਂ ਆਟੋਮੈਟਿਕ ਤਰ੍ਹਾਂ ਡਰਾਈਵ ਕਰ ਸਕਦੇ ਹੋ ਜਾਂ ਇਹਨੂੰ ਈ ਗੀਅਰ ਹੈਗਾ ਲੈਂਬਰਗਿਨੀ ਬਣਾਉਂਦੀ ਹੈ ਇੱਥੇ ਸ਼ਿਫਟਰ ਤੁਸੀਂ ਚੇਂਜ ਕਰ ਸਕਦੇ ਹੋ 6 ਗੀਅਰ ਹੈਗੇ ਇਲੈਕਟ੍ਰੋਨਿਕਲੀ ਸ਼ਿਫਟ ਹੁੰਦਾ ਸੋ ਤੁਹਾਨੂੰ ਨਹੀਂ ਕਰਨਾ ਪੈਂਦਾ ਠੀਕ ਹੈ ਜੀ ਹਾਂਜੀ ਔਰ ਇਹਦੇ ਵਿੱਚ ਜਿਹੜੇ ਹੋਰ ਅਸੀਂ ਕੀ ਫੀਚਰ ਦੇਖ ਰਹੇ ਹਾਂ ਜੀ ਕਾਫੀ ਦੋ ਤਿੰਨ ਚੀਜ਼ਾਂ ਸੋਹਣੇ ਹੈਗੇ ਇਹਦੇ ਵਿੱਚ ਬੈਕਅਪ ਕੈਮਰਾ ਲਾ ਸਕਦੇ ਹੋ ਬਿਕੋਜ਼ ਪਿੱਛੇ ਐਕਚੁਅਲੀ ਵਿਊ ਇੰਨਾ ਨਹੀਂ ਹੈਗਾ ਸੋ ਤੁਸੀਂ ਬੈਕਅਪ ਕੈਮਰਾ ਲਾ ਸਕਦੇ ਹੋ ਸਕਰੀਨ 'ਤੇ ਆ ਜਾਂਦਾ ਐਂਡ ਜਿਹੜੇ ਮਿਰਰਸ ਹੈਗੇ ਉਹਨੂੰ ਫੋਲਡ ਕਰ ਸਕਦੇ ਪਿੱਛੇ ਜਿਹੜਾ ਸਪੋਇਲਰ ਹੈਗਾ ਉਹ ਬਟਨ ਦੇ ਨਾਲ ਤੁਸੀਂ ਉਹਨੂੰ ਖੋਲ ਸਕਦੇ ਹੋ ਸੀ ਡੀ ਪਲੇਅਰ ਹੈਗਾ ਕਾਫੀ ਸੋਹਣੀ ਮਿਊਜ਼ਿਕ ਸਿਸਟਮ ਹੈਗਾ ਹਾਂਜੀ ਆਕਾਸ਼ ਦੀ ਕੀਮਤ ਬਾਰੇ ਦੱਸ ਦਿਓ ਜੀ ਸਭ ਤੋਂ ਜ਼ਰੂਰੀ ਸੀ ਮੈਨੂੰ ਪੁੱਛਣਾ ਸੀ ਤੁਸੀਂ ਕਿ ਇਹਦੇ ਤੇ ਕਿਵੇਂ 4,70,000 ਹੈਗਾ ਇਸ ਮਾਡਲ ਦੀ ਜਿਹੜਾ ਬੇਸ ਮਾਡਲ 4,40,000 ਹੈਗਾ ਇੱਕ ਹੋਰ ਮਾਡਲ ਆਉਂਦਾ ਲੈਂਬਰਗਿਨੀ ਦੇ ਉਹ ਤੇ ਗਲਾਡੋ ਹੈਗਾ ਉਹਦੇ ਤੇ ਕਿਵੇਂ 2.5 ਲੱਖ ਦਾ ਪ੍ਰਾਈਸ ਹੈਗੀ ਹੈ ਪ੍ਰਾਈਸ ਵੱਲੋਂ ਤਾਂ ਕਾਫੀ ਸੋਹਣਾ ਪ੍ਰਾਈਸ ਹੈ ਜੀਦਾ ਪ੍ਰਾਈਸ ਸੋਹਣੀ ਹੈ ਕਾਰ ਵੀ ਸੋਹਣੀ ਹੈਗੀ ਮੇਰੇ ਖਿਆਲ ਜੀ ਇਹਨੂੰ ਜੁਲਾਈ ਤੋਂ ਪਹਿਲਾਂ ਖਰੀਦ ਲਓ ਤਾਂ ਕੋਈ ਜੇ ਤੁਸੀਂ ਟੈਕਸ ਜੀ ਜੁਲਾਈ ਤੋਂ ਪਹਿਲੇ ਨਾ ਪਹਿਲੇ ਜਾਂਦੇ ਉਹ 15% ਟੈਕਸ ਲੱਗਣਾ ਜੁਲਾਈ 1 ਦੇ ਬਾਅਦ ਜਦੋਂ HST ਜੀ ਆ ਜਾਂਦੀ ਹੈ ਉਹਦੇ 12% ਟੈਕਸ ਲੱਗਣਾ ਠੀਕ ਹੈ ਥੋੜਾ ਬਹੁਤ ਟੈਕਸ ਦੀ ਬਚਤ ਹੋ ਸਕਦੀ ਹੈ ਹਾਂਜੀ ਹਾਂਜੀ ਕੀ ਬਾਤ ਹੈ ਚਲਾ ਕੇ ਦੇਖੀਏ ਜੀ ਇਹਨੂੰ ਓ ਯਾ ਲੈਟਸ ਗੋ ਫॉर ਅ ਡਰਾਈਵ ਸ਼ੁਰੂ ਕਰਦੇ ਕਾਸ਼ ਡਰਾਈਵ ਤੇ ਬਹੁਤ ਜ਼ਬਰਦਸਤ ਸੀ ਜੀ ਆਉਂ ਲੱਗਦਾ ਸੀ ਰਾਕਟ 'ਚ ਬੈਠੇ ਹਾਂ ਹਾਂਜੀ ਪਰ ਇਹ ਮਹਿੰਗੀ ਆਈਟਮ ਆ ਜੀ ਮੈਂ ਤੇ ਨਹੀਂ ਅਫੋਰਡ ਕਰ ਪਾਵਾਂਗਾ ਜੀ ਮੇਰੇ ਵਾਸਤੇ ਕੀ ਆਪਸ਼ਨ ਆ ਜੀ ਜੇ ਤੁਸੀਂ ਲੈਂਬਰਗਿਨੀ ਕਾਰ ਨਹੀਂ ਲੈਣਾ ਚਾਹੁੰਦੇ ਫਿਰ ਤੁਸੀਂ ਲੈਂਬਰਗਿਨੀ ਵੈਂਕੂਵਰ ਲੈਂਬਰਗਿਨੀ ਦੇ ਬੁਟੀਕ ਵੀ ਹੈਗਾ ਰਿਚਮਨ ਵਿੱਚ ਅੱਛਾ ਜੀ ਕੈਪ ਲਾਸਟ ਤੇ $50 ਦੀ ਹੈਗੀ ਟੈਡੀ ਬੇਅਰ $70 ਦੀ ਹੈਗੀ ਠੀਕ ਹੈ ਜੀ ਨਾਟ ਬੈਡ ਜੀ ਨਾਟ ਬੈਡ ਹਾਂਜੀ ਆਲਰਾਈਟ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੈਗਮੈਂਟ ਨਾਲ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ ਪਰ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਤੁਸੀਂ ਉਸ ਦੀ ਆਪਣੇ ਤੌਰ ਤੇ ਪਰਖ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ